ਮੈਂ ਹਰਭਜਨ ਸਿੰਘ, ਜੋ ਕਿ ਆਰਮੀ 'ਚੋਂ ਓਨਰੀ ਕੈਪਟਨ ਰਿਟਾਇਰਡ ਹੈਗਾ। ਅਸੀਂ ਅਰਧ ਸੈਨਿਕ ਕੰਟੀਨ ਖੋਲ੍ਹੀ ਹੈਗੀ ਹੈ, ਜੋ ਕਿ ਬੇਅੰਤ ਕਾਲਜ ਦੇ ਨਜ਼ਦੀਕ ਹੈਗੀ ਹੈ, ਖੋਜੇਪੁਰ ਰੋਡ 'ਤੇ। ਇਸ ਕੰਟੀਨ ਦੇ ਵਿੱਚ ਹਰ ਤਰ੍ਹਾਂ ਦਾ, ਯਾਨੀ ਕਿ ਡੇਲੀ ਯੂਜ਼ ਵਾਲੀ ਜੋ ਵੀ ਆਈਟਮ ਹੈਗੀ ਹੈ, ਇੱਕੋ ਛੱਤ ਥੱਲੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ। ਬਾਜ਼ਾਰ ਤੋਂ ਹਰ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ। ਹਰ ਚੀਜ਼ ਯਾਨੀ ਕਿ ਬਾਜ਼ਾਰ ਨਾਲੋਂ ਸਸਤੀ ਹੈਗੀ ਹੈ। ਸਾਡੀ ਹਮੇਸ਼ਾ ਕੋਸ਼ਿਸ਼ ਇਹੋ ਹੀ ਰਹੇਗੀ ਕਿ ਗ੍ਰਾਹਕ ਨੂੰ ਪਿਓਰ ਤੋਂ ਪਿਓਰ ਸਮਾਨ, ਯਾਨੀ ਕਿ ਜੋ ਕੰਪਨੀ ਤੋਂ ਵਰਾਇਟੀ ਚੱਲ ਰਹੀ ਹੈਗੀ ਹੈ, ਉਹੋ ਹੀ ਵਰਾਇਟੀ ਮਿਲੇਗੀ। ਕਿਉਂਕਿ ਸਾਡਾ ਡਿਪੂ ਜਿਹੜਾ ਸਾਨੂੰ ਕੰਟੀਨ ਨੂੰ ਅਲਾਟ ਹੋਇਆ ਹੈਗਾ, ਉਹ ਜੰਮੂ ਹੈਗਾ। ਕੰਪਨੀਆਂ ਜਿਹੜੀਆਂ ਹੈਗੀਆਂ ਡਾਇਰੈਕਟ ਸਮਾਨ ਜੰਮੂ ਨੂੰ ਪ੍ਰੋਵਾਈਡ ਕਰਦੀਆਂ ਹੈਗੀਆਂ। ਜੰਮੂ ਤੋਂ ਹੀ ਸਮਾਨ ਜਿਹੜਾ ਹੈਗਾ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਪਹੁੰਚਦਾ ਹੈਗਾ, ਜਿਹਦੇ ਉੱਤੇ ਕੋਈ ਵੀ ਐਡੀਸ਼ਨਲ ਟੈਕਸਿਸ ਵਗੈਰਾ ਨਹੀਂ ਹੈਗੇ, ਕੋਈ ਚਾਰਜਿਸ ਨਹੀਂ ਹੈਗੇ। ਇਸ ਕਰਕੇ ਯਾਨੀ ਕਿ ਗ੍ਰਾਹਕ ਨੂੰ ਯਾਨੀ ਕਿ ਮੈਕਸੀਮਮ ਡਿਸਕਾਊਂਟ ਇਹਦੇ ਉੱਤੇ ਦਿੱਤਾ ਜਾਂਦਾ ਹੈਗਾ। ਸਾਡੀ ਇਹੋ ਹੀ ਰਿਕੁਐਸਟ ਹੈਗੀ ਹੈ ਕਿ ਇੱਕ ਦਫਾ ਆ ਕੇ ਵਿਜ਼ਿਟ ਕਰੋ ਇੱਥੇ, ਆਪਣੀ ਘਰ ਦੀ ਲਿਸਟ ਤਿਆਰ ਕਰਕੇ ਲਿਆਓ, ਜ਼ਰੂਰਤ ਦੇ ਮੁਤਾਬਕ ਇੱਥੋਂ ਸਮਾਨ ਲੈ ਕੇ ਜਾਓ, ਤਾਂ ਕਿ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਪਿਓਰ ਸਮਾਨ ਮਿਲਿਆ ਹੈਗਾ, ਬਾਜ਼ਾਰ ਤੋਂ ਵਧੀਆ ਹੈਗਾ ਔਰ ਬਾਜ਼ਾਰ ਨਾਲੋਂ ਸਸਤਾ ਹੈਗਾ। ਕੰਟੀਨ ਦਾ ਸਮਾਨ ਜਿਹੜਾ ਵਾ ਬਾਕੀ ਸ਼ੋਪਸ ਨਾਲੋਂ ਸਸਤਾ ਕਿਉਂ ਹੁੰਦਾ ਵਾ, ਕਾਰਨ ਕੀ ਦਾ? ਬਾਕੀ ਬਾਜ਼ਾਰ ਨਾਲੋਂ ਸਮਾਨ ਇਹ ਇਸ ਕਰਕੇ ਸਸਤਾ ਹੈਗਾ ਕਿਉਂਕਿ ਉਹਦੇ ਵਿੱਚ ਡੀਲਰ 'ਚ ਹੈਗੇ ਨੇ। ਯਾਨੀ ਕਿ ਮੰਨ ਲਓ ਕੰਪਨੀ ਤੋਂ ਸਮਾਨ ਚੱਲਿਆ ਕਿਸੇ ਅਲੱਗ ਸਟੋਰ 'ਚ ਗਿਆ ਹੈਗਾ, ਉੱਥੋਂ ਸਮਾਨ ਚੱਲਿਆ ਦੂਸਰੀ ਜਗ੍ਹਾ ਆ ਰਿਹਾ ਹੈਗਾ, ਉੱਥੋਂ ਚੱਲਿਆ ਗਿਆ ਰਿਟੇਲਰ ਦੇ ਕੋਲ ਆ ਰਿਹਾ ਹੈਗਾ। ਲੇਕਿਨ ਇਹਦੇ ਵਿੱਚ ਸਮਾਨ ਜਿਹੜਾ ਹੈਗਾ ਸਿਰਫ ਕੰਪਨੀਆਂ 'ਚ ਚੱਲਿਆ ਹੈਗਾ, ਜੰਮੂ ਜਿਹੜਾ ਮੇਨ ਡਿਪੂ ਹੈਗਾ ਉੱਥੇ ਆ ਰਿਹਾ ਹੈਗਾ। ਯਾਨੀ ਕਿ ਇੱਕ ਹੀ ਮਾਰਜਨ ਪਲੇਸ ਹੈਗਾ ਇਹਦੇ ਵਿੱਚ ਸਿਰਫ, ਇਸ ਲਈ ਇੱਥੇ ਸਮਾਨ ਜਿਹੜਾ ਹੈਗਾ ਬਾਜ਼ਾਰ ਨਾਲੋਂ ਮੈਕਸੀਮਮ ਸਸਤਾ ਹੈਗਾ। ਇੱਦਾਂ ਦੀ ਕੰਟੀਨਾਂ ਹੋਰ ਵੀ ਹੈਗੀਆਂ ਜਾਂ ਪੰਜਾਬ 'ਚ ਵੀ? ਇੱਦਾਂ ਦੀ ਕੋਈ ਵੀ ਕੰਟੀਨ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਹੈਗੀ। ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਕੰਟੀਨ ਓਪਨ ਕੀਤੀ ਗਈ ਹੈਗੀ ਹੈ। ਕੀ ਲੋਕਾਂ ਨੂੰ ਜਾਂ ਗ੍ਰਾਹਕਾਂ ਨੂੰ ਕੀ ਫੀਲ ਹੈਗੀ ਆਮ ਜਨਤਾ ਨੂੰ? ਆਮ ਜਨਤਾ ਨੂੰ ਇਹਦੇ ਤੋਂ ਕਾਫੀ ਰਾਹਤ ਮਿਲੇਗੀ। ਯਾਨੀ ਕਿ ਜਿੱਦਾਂ ਲੇਡੀਜ਼ ਹੈਗੀਆਂ ਨੇ, ਰਸੋਈ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜਿੱਦਾਂ ਕਿ ਦਿਨ ਪ੍ਰਤੀ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ, ਇੱਥੇ ਯਾਨੀ ਕਿ ਉਹਨਾਂ ਨੂੰ ਕਾਫੀ ਡਿਸਕਾਊਂਟ ਦਿੱਤਾ ਜਾ ਰਿਹਾ ਹੈਗਾ, ਜਿਹਦੇ ਕਰਕੇ ਉਹਨਾਂ ਦਾ ਬਜਟ ਸੀਮਤ ਰਹੇਗਾ।